ਇਕੱਲਾ ਭਰਾ ਸੀ ਉਹ ਵੀ ਐਕਸੀਡੈਂਟ ਕਰਕੇ ਜਿਹੜਾ ਆਪਾਂ ਕਹਿ ਸਕਦੇ ਤੁਸੀਂ ਪਾਗਲ ਹੀ ਹੋ ਗਿਆ, ਨਾ ਤਾਂ ਉਹਦਾ ਦਿਮਾਗ ਕੰਮ ਕਰਦਾ ਹੈ, ਨਾ ਉਹ ਖੂਬ ਬੋਲ ਸਕਦਾ ਹੈ ਅਤੇ ਨਾ ਹੀ ਉਹ ਕੁਝ ਕਰ ਸਕਦਾ ਹੈ। ਇਲਾਜ ਘੱਟ ਤੋਂ ਘੱਟ 10-12 ਲੱਖ ਰੁਪਈਆ ਲੱਗ ਗਿਆ। ਅੱਛਾ, ਹਾਂਜੀ, ਉਹ ਡਾਕਟਰਾਂ ਨੇ ਇਲਾਜ ਵੱਲ ਵੇਖਿਆ ਨਹੀਂ ਆ, ਦਿਮਾਗ ਵੱਲ ਵੇਖਿਆ ਨਹੀਂ ਉਹਨਾਂ ਨੇ, ਬੰਦਾ ਦਿਮਾਗ ਵੱਲ ਤਾਂ ਵੇਖੇ। ਹਾਂਜੀ, ਦੇਖਭਾਲ ਕਰਦਾ ਮੁੰਡੇ ਦੀ। ਹਾਂਜੀ, ਮੈਂ ਇਹਨੂੰ ਹੁਣ ਛੱਡ ਕੇ ਕਿਸੇ ਪਾਸੇ ਜਾ ਨਹੀਂ ਸਕਦਾ। ਹਾਂਜੀ, ਇੱਕ ਮੇਰੇ ਅੱਖ ਦਾ ਆਪਰੇਸ਼ਨ ਹੋਇਆ। ਹਾਂਜੀ, ਹਾਂਜੀ, ਦੇਖਭਾਲ ਕਰਦਾ ਮੁੰਡੇ ਦੀ। ਹਾਂਜੀ, ਮੈਂ ਇਹਨੂੰ ਹੁਣ ਛੱਡ ਕੇ ਕਿਸੇ ਪਾਸੇ ਜਾ ਨਹੀਂ ਸਕਦਾ। ਹਾਂਜੀ, ਇੱਕ ਮੇਰੇ ਅੱਖ ਦਾ ਆਪਰੇਸ਼ਨ ਹੋਇਆ। ਇਹ 5 ਭੈਣਾਂ ਤੋਂ ਬਾਅਦ ਇੱਕ ਪੁੱਤ ਸੀ ਤੇ ਉਹ ਵੀ ਮੰਜੀ ਤੇ ਪੈ ਗਿਆ। ਬਹੁਤ ਜ਼ਿਆਦਾ ਦੁੱਖ ਹੁੰਦਾ, ਕੀ ਕਰ ਸਕਦੇ ਭਾਰਾ। ਗੈਰੀ ਮੰਡੀ ਪਿੰਡ ਪਹੁੰਚੇ ਹਾਂ ਤਾਂ ਇੱਕ ਗਰੀਬ ਪਰਿਵਾਰ ਦੇ ਘਰ ਪਹੁੰਚੇ ਹਾਂ। ਇੱਕ ਵਾਰੀ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਤਸਵੀਰਾਂ ਵਿਖਾ ਦਿੱਤੀਆਂ ਜਾਣ ਕਿ ਉਸ ਪਰਿਵਾਰ ਦਾ ਘਰ ਜਿਹੜਾ ਹੈ ਢਹਿ ਢੇਰੀ ਹੋ ਗਿਆ ਹੈ ਅਤੇ ਇੱਕ 5 ਭੈਣਾਂ ਦਾ ਜਿਹੜਾ ਇਕੱਲਾ ਭਰਾ ਸੀ ਉਹ ਵੀ ਐਕਸੀਡੈਂਟ ਕਰਕੇ ਜਿਹੜਾ ਆਪਾਂ ਕਹਿ ਸਕਦੇ ਤੁਸੀਂ ਪਾਗਲ ਹੀ ਹੋ ਗਿਆ, ਨਾ ਤਾਂ ਉਹਦਾ ਦਿਮਾਗ ਕੰਮ ਕਰਦਾ ਹੈ, ਨਾ ਉਹ ਖੂਬ ਬੋਲ ਸਕਦਾ ਹੈ ਅਤੇ ਨਾ ਹੀ ਉਹ ਕੁਝ ਕਰ ਸਕਦਾ ਹੈ। ਤਾਂ ਦੂਜੀ ਮਾਰ ਇਸ ਪਰਿਵਾਰ ਨੂੰ ਉਦੋਂ ਪੈਂਦੀ ਹੈ ਜਦੋਂ ਇੱਕ ਧੀ ਦਾ ਵਿਆਹ ਕੀਤਾ ਜਾਂਦਾ ਹੈ ਅਤੇ ਉਸਦੇ ਪਤੀ ਦੀ ਵੀ ਮੌਤ ਹੋ ਜਾਂਦੀ ਹੈ ਅਤੇ ਉਹ ਵੀ ਬੱਚੇ ਲੈ ਕੇ ਜਿਹੜੀ ਹੈ ਦੁਬਾਰਾ ਘਰ ਆ ਜਾਂਦੀ ਹੈ। ਸਾਡੇ ਨਾਲ ਪਰਿਵਾਰ ਮੌਜੂਦ ਆ, ਸਾਰੀ ਗੱਲਬਾਤ ਕਰਕੇ ਜਾਣਦੇ ਆ ਪਰਿਵਾਰ ਦੇ ਹਾਲਾਤ ਕੀ ਆ। ਭਾਅ ਜੀ, ਕੀ ਨਾਮ ਆ ਤੁਹਾਡਾ ਅਤੇ ਕਿਹੜਾ ਹੈ ਪਿੰਡ? ਸਤਪਾਲ ਸਿੰਘ। ਕਿਹੜਾ ਪਿੰਡ ਹੈ? ਗੈਰੀ ਮੰਡੀ। ਤਾਂ ਕੀ ਨਾਮ ਆ, ਬੇਟੇ ਦਾ ਕਿੰਨੀ ਉਮਰ ਆ ਅਤੇ ਕੀ ਇਹਨੂੰ ਹੋਇਆ ਸੀ? ਇਹ ਗਿਆ ਸੀ ਮੋਟਰਸਾਈਕਲ 'ਤੇ ਗਿਆ ਸੀ ਮੰਮੀ ਆਪਣੀ ਦਵਾਈ ਲੈਣ। ਅੱਛਾ, ਅਤੇ ਉੱਧਰੋਂ ਸ਼ਾਮਾਂ ਨੂੰ ਆਉਣ ਡਿਆ ਸੀ ਅਤੇ ਟਰਾਲੀ ਨਾਲ ਵੱਜ ਗਿਆ ਅਤੇ ਮੁੜ ਕੇ ਐਕਸੀਡੈਂਟ ਹੋ ਗਿਆ ਉਹਦਾ। ਕਿੰਨਾ ਚਿਰ ਹੋ ਗਿਆ? 5 ਸਾਲ ਹੋ ਗਏ ਆ। ਤਾਂ ਜਿਹੜਾ ਕਿੰਨਾ ਇਹਦਾ ਖਰਚਾ ਆ ਚੁੱਕਾ ਇਲਾਜ ਦਾ ਅੱਜ ਤੱਕ, ਅਤੇ ਮਕਾਨ ਜਿਹੜਾ ਡਿੱਗ ਪਿਆ, ਮਕਾਨ ਕਿਉਂ ਨਹੀਂ ਬਣਿਆ? ਮਕਾਨ ਹੁਣ ਗਰੀਬੀ ਇੰਨੀ ਆ ਗਈ, ਹੁਣ ਮੁੰਡੇ ਦਾ ਵੀ ਐਕਸੀਡੈਂਟ ਹੋਇਆ, ਆਹ ਵੀ ਅਸੀਂ ਅੱਖਾਂ ਤੋਂ ਗੈਸ ਚਲ ਗਏ ਹਾਂ। ਹਾਂਜੀ। ਅੱਛਾ, ਅਤੇ ਵੱਡੇ ਭਰਾ ਦਾ ਉਹ ਕਮਰੇ ਉਹ ਉੱਤੇ ਰਹਿਣ ਡੇ ਆ ਅਤੇ ਸਾਡੇ ਕਮਰੇ ਇੱਧਰ ਢੱਠੇ ਆ। ਹਾਂਜੀ। ਅਤੇ ਜੇ ਉਹ ਆ ਕੇ ਕਹੂਗਾ ਵੀ ਮੇਰਾ ਮਕਾਨ ਖਾਲੀ ਕਰੋ, ਫਿਰ ਕਿੱਥੇ ਰਹੋਗੇ ਤੁਸੀਂ? ਫਿਰ ਅਸੀਂ ਕਿਰਾਏ ਕਿਰਾਏ 'ਤੇ ਜਾਵਾਂਗੇ ਜਾਂ ਇਹ ਕਮਰੇ 'ਤੇ ਬਣਨਗੇ, ਫਿਰ ਇੱਥੇ ਰਹਾਂਗੇ ਫਿਰ। ਹਾਂਜੀ, ਇਹ ਕਮਰੇ ਕੁਮਰੇ ਬਣਨਗੇ ਫਿਰ ਇੱਥੇ ਰਹਾਂਗੇ। ਹਾਂਜੀ। ਅੱਛਾ, ਤਾਂ ਹੁਣ ਜਿਹੜਾ ਕਿੰਨਾ ਕੁ ਜਿਹੜਾ ਇਲਾਜ ਕੋਈ ਦੱਸ ਸਕਦੇ ਜੇ, ਕਿੰਨਾ ਕੁ ਇਲਾਜ ਦਾ ਅੱਜ ਤੱਕ ਕਰਾ ਲਿਆ? ਇਹ ਇਲਾਜ ਘੱਟ ਤੋਂ ਘੱਟ 10-12 ਲੱਖ ਰੁਪਈਆ ਲੱਗ ਗਿਆ। ਅੱਛਾ, ਹਾਂਜੀ, ਤਾਂ ਉਹ ਡਾਕਟਰਾਂ ਨੇ ਇਲਾਜ ਵੱਲ ਵੇਖਿਆ ਨਹੀਂ ਆ, ਦਿਮਾਗ ਵੱਲ ਵੇਖਿਆ ਨਹੀਂ ਉਹਨਾਂ ਨੇ, ਅਤੇ ਬੰਦਾ ਦਿਮਾਗ ਵੱਲ ਤਾਂ ਵੇਖੇ, ਦਿਮਾਗ ਵੱਲ ਵੇਖਿਆ ਨਹੀਂ, ਉਹਦੇ ਪਿੱਛੇ ਬੈੱਡ ਸੋਲ ਕਰਤਾ ਉਹਨਾਂ ਨੇ ਹਸਪਤਾਲ ਦੇ ਵਿੱਚ ਹੀ, ਤਲਦੇ ਪਤਲਦੇ ਨਹੀਂ ਸੀ, ਇੱਧਰ ਪੱਟੀ ਪੱਟੀ ਨਹੀਂ ਮਾਰਦੇ ਸੀ।
ਉਹ ਜ਼ਖਮ ਹੋ ਗਿਆ ਮੁੜ ਕੇ ਅਸੀਂ ਲਿਆਂਦਾ ਇਹਨੂੰ। ਹਾਂਜੀ, ਤਾਂ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ, ਤੁਸੀਂ ਕੀ ਕੰਮ ਕਰਦੇ? ਮੈਂ ਦਿਹਾੜੀ ਧੱਪਾ ਕਰਦਾ ਹਾਂ, ਹੁਣ ਮੈਂ ਕੁਛ ਨਹੀਂ ਕਰ ਸਕਦਾ ਹੁਣ। ਕੀ ਗੱਲ? ਹਾਂਜੀ, ਮੇਰੇ ਅੱਖ ਦੇ ਕੁੜੀ ਆਪਰੇਸ਼ਨ ਹੋਇਆ। ਅੱਛਾ, ਹਾਂਜੀ। ਤਾਂ ਘਰ ਦਾ ਗੁਜ਼ਾਰਾ ਜਿਹੜਾ ਕਿਵੇਂ ਚੱਲਦਾ, ਰੋਟੀ ਪਾਣੀ ਕਿਵੇਂ ਚੱਲਦਾ? ਨਾਲ ਦੀ ਜਾਂਦੀ ਆ ਦਿਹਾੜੀ ਧੱਪਾ ਕਰਨ। ਅੱਛਾ, ਹਾਂਜੀ, ਮਿਸਤਰੀ ਦਾ ਮਗਰ, ਅਤੇ ਮੈਂ ਮੁੰਡੇ ਨੂੰ ਸੰਭਾਲਦਾ ਹਾਂ। ਹਾਂਜੀ, ਦੇਖਭਾਲ ਕਰਦਾ ਮੁੰਡੇ ਦੀ। ਹਾਂਜੀ, ਮੈਂ ਇਹਨੂੰ ਹੁਣ ਛੱਡ ਕੇ ਕਿਸੇ ਪਾਸੇ ਜਾ ਨਹੀਂ ਸਕਦਾ। ਹਾਂਜੀ, ਇੱਕ ਮੇਰੇ ਅੱਖ ਦਾ ਆਪਰੇਸ਼ਨ ਹੋਇਆ। ਹਾਂਜੀ, ਤਾਂ ਇਹਨਾਂ ਦੀ ਪਤਨੀ ਵੀ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭੈਣ ਜੀ, ਕੀ ਨਾਮ ਆ ਤੁਹਾਡਾ? ਜਿੰਦਰ ਕੌਰ। ਕੀ ਮਨ ਨੂੰ ਦੁੱਖ ਨਹੀਂ ਆਉਂਦਾ ਕਿ ਪੰਜਾਂ ਭੈਣਾਂ ਤੋਂ ਬਾਅਦ ਇੱਕ ਪੁੱਤ ਸੀ ਅਤੇ ਉਹ ਵੀ ਮੰਜੀ 'ਤੇ ਪੈ ਗਿਆ? ਬਹੁਤ ਜ਼ਿਆਦਾ ਦੁੱਖ ਹੁੰਦਾ, ਕੀ ਕਰ ਸਕਦੇ? ਪਰ ਹੁਣ ਕੋਈ ਜ਼ੋਰ ਨਹੀਂ ਹੈਗਾ, ਬਹੁਤ ਇਲਾਜ ਕਰਾਇਆ ਇਹਦਾ, ਬਹੁਤ ਪੈਸੇ ਲਾਏ, ਹੁਣ ਤਾਂ ਸਾਡੀ ਵਿੱਚ ਕੋਈ ਹਿੰਮਤ ਨਹੀਂ ਹੈਗੀ। ਅਸੀਂ ਆਪ ਵੀ ਹੁਣ ਮਤਲਬ ਕਿ ਲੱਤਾਂ ਪੈਰਾਂ ਤੋਂ ਨਹੀਂ ਤੁਰਿਆ ਜਾਂਦਾ, ਅਤੇ ਬਸ ਇਹੋ ਹੀ ਹੈ ਕਿ ਜਿਹੜਾ ਰੋਟੀ ਕਮਾ ਕੇ ਤਾਂ ਖਾ ਸਕਦੇ ਹਾਂ ਅਸੀਂ, ਬਸ ਇਹੋ ਖਾ ਸਕਦੇ ਹਾਂ। ਇਲਾਜ ਤਾਂ ਹੁਣ ਨਹੀਂ ਹੁੰਦਾ ਸਾਡੇ ਕੋਲੋਂ, ਕੋਈ ਇਹੋ ਜਿਹਾ ਕੋਈ ਸਾਨੂੰ ਮਿਲ ਜੇ ਕੋਈ ਕਿ ਜਿਹੜਾ ਇੱਦਾਂ ਇਲਾਜ ਵੀ ਹੋ ਸਕੇ, ਅਤੇ ਅਸੀਂ ਚਲੋ ਵੀ ਇਹਦਾ ਇਲਾਜ ਕਰਵਾ ਸਕੀਏ, ਨਾਲ ਅਸੀਂ ਰਹਿ ਸਕਦੇ ਹਾਂ। ਹੋਰ ਬਾਕੀ ਸਾਡੇ ਕੋਲ ਕੁਛ ਨਹੀਂ ਹੈਗਾ, ਨਾ ਕੋਈ ਸਾਡੇ ਕੋਲ ਪੈਸਾ, ਨਾ ਕੋਈ ਧੇਲਾ, ਨਾ ਕੋਈ ਗਹਿਣਾ ਗੱਟਾ, ਨਹੀਂ ਕੁਛ ਨਹੀਂ ਹੈਗਾ ਵੀ ਜਿਹੜਾ ਅਸੀਂ ਵੇਚ ਕੇ ਅਤੇ ਇਹਦਾ ਇਲਾਜ ਕਰਵਾ ਸਕੀਏ। ਖੁਰਲੀ ਬਣੀ ਆ, ਮਾਲ ਡੰਗਰ ਵੀ ਹੈਗੇ ਸੀ, ਉਹ ਵੀ ਇੱਥੇ ਹੀ ਲਾ ਦਿੱਤੇ ਆ। ਹਾਂਜੀ, ਉਹ ਵੀ ਵੇਚ ਕੇ ਲਾ ਦਿੱਤੇ। ਹੁਣ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ? ਹੁਣ ਬਸ ਮੈਂ ਕੰਮ ਕਰਨ ਜਾਂਦੀ ਹਾਂ, ਅਤੇ ਲਿਆਉਣ ਕੇ 400 ਰੁਪਈਆ ਦਿਹਾੜੀ ਲੈਂਦੀ ਹਾਂ, ਉਹਦੇ ਵਿੱਚੋਂ 50 ਰੁਪਈਏ ਕਿਰਾਇਆ ਲੱਗ ਜਾਂਦਾ ਵਾ, 350 ਰੁਪਈਆ ਲਿਆਉਣ ਕੇ ਮੈਂ ਆਪਣਾ ਵੀ ਮਤਲਬ ਘਰ ਦਾ ਗੁਜ਼ਾਰਾ ਕਰਦੀ ਹਾਂ। ਜੋ ਵੀ ਕਰਦੀ ਹਾਂ, ਬਸ ਮੈਂ ਕੁਛ ਦਵਾਈ ਲਿਆਉਂਦੀ ਹਾਂ, ਰੋਜ਼ ਦੇ ਇੱਧਰ ਡੈਪਰ ਆਉਂਦੇ ਆ, ਦੁੱਧ ਵੀ ਆਉਂਦਾ, ਸਾਰੀਆਂ ਹਰ ਇੱਕ ਚੀਜ਼ ਮੁੱਲ ਦੀ ਆ, ਹਰ ਇੱਕ ਚੀਜ਼ ਮੁੱਲ ਹੀ ਲੈ ਕੇ ਅਤੇ ਖਾਣੀ ਪੈਂਦੀ ਹੈ। ਇਸ ਤਰ੍ਹਾਂ ਹੀ ਕਿਸੇ ਵੇਲੇ ਕੋਈ ਚੀਜ਼ ਮੁੱਕ ਜਾਂਦੀ, ਕਿਸੇ ਵੇਲੇ ਕੋਈ ਮੁੱਕ ਜਾਂਦੀ, ਇਸ ਤਰ੍ਹਾਂ ਹੀ ਰੱਬ ਆਸ ਰਹੀ ਹਾਂ, ਜਿਹਦਾ ਆਉਂਦੇ ਹੁੰਦੇ ਰੱਬ ਨਾ ਕਿਸੇ ਦਾ ਸਾਥ ਛੱਡੇ, ਭੈਣ ਭਰਾ ਰਿਸ਼ਤੇਦਾਰ ਸਭ ਸਾਥ ਛੱਡ ਦਿੰਦੇ, ਪਰ ਰੱਬ ਨਹੀਂ ਕਿਸੇ ਦਾ ਸਾਥ ਛੱਡਦਾ। ਉਹ ਨਾਲ ਵਾ, ਜਿੰਨਾ ਚਿਰ ਉਨਾ ਚਿਰ ਕੁਛ ਨਹੀਂ ਹੋ ਸਕਦਾ ਵੀ, ਉਹ ਰੱਬ ਹੀ ਸਾਨੂੰ ਇੱਥੋਂ ਤੱਕ ਲਈ ਆਉਂਦਾ ਅਤੇ ਬਚਾਈ ਜਾਂਦਾ, ਹਿੰਮਤ ਦਿੰਦਾ ਵਾ, ਅਤੇ ਉਹਦੀ ਰੱਬ ਦੀ ਹਿੰਮਤ ਦਿੰਦਾ। ਕੋਈ ਨਹੀਂ, ਉਹ ਪਹਿਲਾਂ ਲੱਗਦੇ ਰਹੇ, ਹੁਣ ਇੰਨਾ ਟਾਈਮ ਹੋ ਗਿਆ, ਇੰਨਾ ਟਾਈਮ ਦੇ ਵਿੱਚ ਕੌਣ ਲੱਗ ਸਕਦਾ? 5 ਸਾਲ ਤਾਂ ਪੂਰੇ ਹੋ ਗਏ, 7 ਸਾਲ ਇਹਨੂੰ ਲੱਗ ਗਿਆ, ਇੰਨਾ ਚਿਰ ਕੋਈ ਸਾਥ ਦਿੰਦਾ ਵਾ, ਸਾਰਿਆਂ ਦਾ ਆਪੋ ਆਪਣਾ ਘਰ ਦਾ ਗੁਜ਼ਾਰਾ ਹੁੰਦਾ। ਮਹਾਂ, ਤਾਂ ਦੂਜੀ ਮਾਰ ਉਦੋਂ ਪਈ ਜਦੋਂ ਧੀ ਵਿਆਹੀ ਆ ਤਾਂ ਬੱਚੇ ਹੋ ਗਏ ਅਤੇ ਉਹਦੇ ਪਤੀ ਦੀ ਮੌਤ ਹੋ ਗਈ, ਉਹ ਵੀ ਫਿਰ ਘਰ ਆ ਕੇ ਬਹਿ ਗਈ। ਹਾਂਜੀ ਹਾਂਜੀ, ਉਹ ਵੀ ਘਰੇ ਆਣ ਕੇ ਬਹਿ ਗਈ, ਉਹ ਵੀ ਉਹਦਾ ਵਿਚਾਰੇ ਦਾ ਵੀ ਮਤਲਬ ਕਿ ਅਟੈਕ ਹੋ ਗਿਆ, ਉਹਦੇ ਸਹੁਰਿਆਂ ਨੇ ਵੀ ਇਹਨੂੰ ਕੱਢ ਦਿੱਤਾ ਘਰੋਂ ਬਾਹਰ, ਇਹ ਮੇਰੀ ਬੇਟੀ, ਇਹਨੂੰ ਵੀ ਕੱਢ ਦਿੱਤਾ ਉਹਨਾਂ ਨੇ ਘਰੋਂ ਬਾਹਰ। ਕੀ ਕਰਨਾ ਸੀ ਫਿਰ, ਮਾਂ ਪਿਓ ਤਾਂ ਨਹੀਂ ਨਾ ਕੱਢ ਸਕਦਾ ਵੀ, ਉਹ ਸਹੁਰੇ ਤਾਂ ਪਰਿਵਾਰ ਕੱਢ ਸਕਦੇ ਪਰ ਮਾਂ ਪਿਓ ਨਹੀਂ ਕੱਢ ਸਕਦਾ। ਮਾਂ ਪਿਓ ਨੇ ਤਾਂ ਉਹਨਾਂ ਨੂੰ ਧੀਆਂ ਪੁੱਤਾਂ ਨੂੰ ਗਾਲਣਾ ਲਾ ਕੇ ਰੱਖਣਾ, ਭਾਵੇਂ ਉਹ ਮਾੜਾ ਵਾ, ਇਹ ਵੀ ਮਾੜਾ ਵਾ, ਚੰਗਾ ਵਾ, ਅਸੀਂ ਇਹਨੂੰ ਕੱਢ ਸੁੱਟ ਸਕਦੇ ਘਰੋਂ ਬਾਹਰ ਵੀ, ਕੱਢ ਦਈਏ ਇਹਨੂੰ ਨਾ, ਇਹ ਵੀ ਇਹਨੂੰ ਵੀ ਨਹੀਂ ਕੱਢ ਸਕਦੇ। ਘਰ ਦਾ ਇੱਕ ਮਦਦ ਹੋਣੀ ਚਾਹੀਦੀ ਹੈ, ਕਮਰੇ ਪੈ ਜਾਣ ਅਤੇ ਇਸ ਬੱਚੇ ਦਾ ਇਲਾਜ ਹੋ ਜਾਵੇ, ਕਿ ਹੋਰ ਵੀ ਕੋਈ ਮਦਦ ਚਾਹੀਦੀ ਹੈ? ਨਹੀਂ, ਬਸ ਮੈਨੂੰ ਇਹੋ ਹੀ ਹੈ ਕਿ ਇਹਦਾ ਇਲਾਜ ਹੋ ਜਾਵੇ, ਮੈਨੂੰ ਇੰਨੀ ਬੜੀ ਮਿਹਰਬਾਨੀ ਹੋਜੂਗੀ ਵੀ ਇਹਦਾ ਇਲਾਜ ਹੋ ਜਾਵੇ ਸਾਡਾ। ਚਲੋ ਜੋ ਵੀ ਸਾਡੇ ਕਮਰੇ ਆ ਉਹ
ਪੈ ਜਾਣ ਤੇ ਇਲਾਜ ਉਹ ਦੇ ਦਾ, ਬਸ ਮੈਨੂੰ ਕੁਛ ਨਹੀਂ ਚਾਹੀਦਾ। ਸਭ ਤੋਂ ਮੇਨ ਗੱਲ ਤੇ ਅਸੀਂ ਕੱਖਾਂ ਦੀ ਕੁੱਲੀ ਦੇ ਵਿੱਚ ਵੀ ਗੁਜ਼ਾਰਾ ਕਰ ਸਕਦੇ ਪਾ ਕੇ, ਇਹਦਾ ਇਲਾਜ ਹੋਣਾ ਚਾਹੀਦਾ ਵਾ। ਜਿਸ ਤਰ੍ਹਾਂ ਦਾ ਵੀ ਹੈਗਾ ਇਹ ਮਾੜਾ ਮੋਟੇ ਨੂੰ ਸਮਝ ਹੋ ਜੇ, ਜੇ ਅਸੀਂ ਦੋਵੇਂ ਜਣੇ ਅਸੀਂ ਤੁਰ ਜਾਂਗੇ, ਅਸੀਂ ਚੱਲ ਜਾਂਗੇ ਦੁਨੀਆਂ ਦੇ ਉੱਤੋਂ ਤਾਂ ਹਰ ਇੱਕ ਨੇ ਜਾਣਾ ਹੀ ਆ। ਜਦੋਂ ਅਸੀਂ ਚੱਲ ਜਾਂਗੇ ਤਾਂ ਵਿਚਾਰਾ ਭੈਣਾਂ ਦਾ ਆਸਰਾ ਤਾਂ ਬਣ ਜੂਗਾ ਨਾ ਲੱਗ ਗਏ। ਸਭ ਤੋਂ ਵੱਡੀ ਮੇਨ ਗੱਲ ਕੌਣ ਹੁੰਦੀ, ਭੈਣਾਂ ਦਾ ਕੌਣ ਹੁੰਦਾ, ਭਰਾ ਹੁੰਦਾ ਵਾ। ਕਿੰਨੀਆਂ ਬੇਟੀਆਂ ਤੁਹਾਡੀਆਂ? 5 ਬੇਟੀਆਂ ਮੇਰੀਆਂ। ਅੱਛਾ। ਤੇ ਭੈਣਾਂ ਦਾ ਭਰਾ ਹੀ ਹੁੰਦਾ ਵਾ। ਚਲੋ ਇਹਦਾ ਮਾੜਾ ਮੋਟੇ ਇਹਨਾਂ ਨੂੰ ਵੀ ਆਸਰਾ ਹੋ ਜੂਗਾ ਵੀ ਸਾਡਾ ਭਰਾ ਵਾ, ਆਉਣ ਜਾਣ ਬਣਿਆ ਰਹੂਗਾ, ਭਾਵੇਂ ਕਮਾਈ 1 ਰੁਪਈਏ ਵੀ ਜਿਹਨਾਂ ਮਨ ਕਰੇ ਬੈਠਾ ਰਹੂਗਾ ਤੇ ਇੰਨੀ ਬੜੀ ਆ। ਬਹੁਤ ਸ਼ਾਬਾਸ਼ ਇਹ ਜੇ ਕੋਈ ਇਹਦੀ ਮਦਦ ਸਹਾਇਤਾ ਕਰ ਸਕੇ ਵੀ ਇਹਦਾ ਇਲਾਜ ਕਰਾ ਸਕੇ। ਕਾਕਾ ਸਾਡੇ ਨਾਲ ਬੇਟੀ ਵੀ ਮੌਜੂਦ ਹੈ, ਉਹਦੇ ਨਾਲ ਵੀ ਗੱਲਬਾਤ ਕਰਦੇ ਹਾਂ। ਬੇਟਾ ਕੀ ਨਾਮ ਆ ਤੇਰਾ? ਕਿਰਨਦੀਪ ਕੌਰ। ਤਾਂ ਕੀ ਹੋਇਆ ਵੀਰ ਨੂੰ? ਵੀਰ ਦਾ ਐਕਸੀਡੈਂਟ ਹੋਇਆ ਵਾ। ਕਿੰਨਾ ਚਿਰ ਹੋ ਗਿਆ? 5 ਸਾਲ ਹੋ ਗਏ ਆ, 6ਵਾਂ ਸਾਲ ਲੱਗ ਗਿਆ ਵਾ ਐਕਸੀਡੈਂਟ ਹੋਇਆ ਇਹਦਾ। ਤੇਰੇ ਪਤੀ ਨੂੰ ਕੀ ਹੋਇਆ ਸੀ? ਮੇਰੇ ਪਤੀ ਨੂੰ ਅਟੈਕ ਹੋ ਗਿਆ ਸੀ। ਕਿੰਨੇ ਬੱਚੇ ਹੁਣ? 2 ਬੱਚੇ ਆ ਮੇਰੇ। ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਹੁਣ ਚੱਲਦਾ? ਤੁਸੀਂ ਵੀ ਕੋਈ ਕੰਮ ਕਰਦੀਆਂ ਜੇ ਨਾਲ ਮਾਂ ਦੇ ਕੇ ਜਾਂ ਕੀ ਕਰਦੇ? ਮੈਂ ਫੈਕਟਰੀ 'ਚ ਜਾਂਦੀ ਹਾਂ, 1 ਘੰਟੇ ਦੇ 17 ਰੁਪਈਏ ਦਿੰਦੇ ਆ, 7 ਤੋਂ 7 ਟਾਈਮ ਲਾਉਂਦੀ ਹਾਂ। ਹਾਂਜੀ, ਅਤੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਵਾ। ਤਾਂ ਕੀ ਮਦਦ ਹੋਣੀ ਚਾਹੀਦੀ ਹੈ ਪੁੱਤ ਤੁਹਾਡੀ? ਮਦਦ ਮੇਰੀ, ਮੈਨੂੰ ਦਰਬਾਰ ਸਾਹਿਬ ਸੇਵਾ ਦਿੱਤੀ ਜਾਵੇ। ਹਾਂਜੀ, ਪਰਿਵਾਰ ਪਾਲਣ ਲਈ ਸਿਰਫ ਆਪਣਾ। ਤਾਂ ਅਸੀਂ ਚਾਹਾਂਗੇ ਕਿ ਆਪਣਾ ਕੋਈ ਮੋਬਾਈਲ ਨੰਬਰ ਹੈਗਾ ਤਾਂ ਬੋਲ ਦਿਓ, ਜਿਹਨੇ ਵੀਰ ਨੇ ਮਦਦ ਕਰਨੀ ਹੈ ਤੁਹਾਡੀ ਤੁਹਾਡੇ ਨਾਲ ਕਨੈਕਟ ਕਰ ਸਕਦਾ। ਹਾਂਜੀ, 9851 98 156, ਫਿਰ ਬੋਲ ਦਿਓ, 9851 98 156। ਤਾਂ ਕੀ ਭਾਅ ਜੀ ਮਦਦ ਸਹਾਇਤਾ ਮੰਗਦੇ ਹੋ? ਮਕਾਨ ਬਣਾਉਣ ਵਾਸਤੇ, ਇਲਾਜ ਕਰਵਾਉਣ ਵਾਸਤੇ ਕੀ ਸਹਾਇਤਾ ਹੋਣੀ ਚਾਹੀਦੀ ਹੈ? ਮੇਰੀ ਮੁੰਡੇ ਜੀ ਇਲਾਜ ਹੋ ਜਾਵੇ, ਇੰਨੀ ਬੜੀ ਆ। ਹਾਂਜੀ, ਅਤੇ ਆ ਕਮਰੇ ਪੈ ਜਾਣ ਬਸ, ਇੰਨਾ ਇਲਾਜ। ਤਾਂ ਵੀਰਾਂ ਨੇ ਸੁਣਿਆ ਹੈ, ਪਰਿਵਾਰ ਨੇ, ਮਾਂ ਭਾਵੁਕ ਹੋ ਕੇ ਮਾਂ ਨੇ ਦੱਸਿਆ, ਕਿਉਂਕਿ ਮਾਂ ਨੂੰ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਨੇ। ਉਹਨੇ ਕਿਹਾ ਵੀ ਪੁੱਤ ਅੱਜ ਐਕਸੀਡੈਂਟ ਕਰਕੇ ਇਹ ਹਾਲਾਤ ਹੋ ਗਏ ਨੇ, ਪਰ ਮੈਂ ਉਹਨੂੰ ਕੱਢ ਤਾਂ ਨਹੀਂ ਸਕਦੀ। ਮੈਂ ਇੰਨੀ ਕੁ ਅਪੀਲ ਕਰਦੀ ਹਾਂ ਕਿ ਸਾਡੇ ਮਰਨ ਤੋਂ ਬਾਅਦ ਇਹ ਜਿਹੜਾ ਇਕੱਲਾ ਇਕੱਲਾ 5 ਭੈਣਾਂ ਦਾ ਭਰਾ ਆ, ਉਹਨਾਂ ਦਾ ਸਹਾਰਾ ਬਣ ਸਕੇ। ਵੱਧ ਤੋਂ ਵੱਧ NRI ਵੀਰਾਂ ਨੂੰ ਅਪੀਲ ਕਰੂੰਗਾ ਕਿ ਇਸ ਪਰਿਵਾਰ ਨਾਲ ਕਨੈਕਟ ਕਰਕੇ ਅਤੇ ਇਸ ਪਰਿਵਾਰ ਦੀ ਮਦਦ ਸਹਾਇਤਾ ਜ਼ਰੂਰ ਕੀਤੀ ਜਾਵੇ। ਪਰਿਵਾਰ ਬਹੁਤ ਹੀ ਨਾਜ਼ੁਕ ਹਾਲਾਤ ਵਿੱਚ ਗੁਜ਼ਰ ਰਿਹਾ ਹੈ। ਤੁਸੀਂ ਦੇਖਦੇ ਰਹੋ ਪੰਜਾਬ ਨਿਊਜ਼, ਮੈਂ ਹਾਂ ਜਸਵੀਰ ਸਿੰਘ ਛੀਨਾ, ਤਰਨ ਤਾਰਨ।